ਚੈਟ ਫੰਡ ਕੰਪਨੀ PACL ਯਾਨੀ ਕਿ ਪਲਸ ਗਰੁੱਪ ਦੇ ਨਾਲ ਦੇਸ਼ ਦੇ ਤਕਰੀਬਨ 5 ਕਰੋੜ ਲੋਕਾਂ ਨੂੰ 50,000 ਕਰੋੜ ਰੁਪਏ ਦਾ ਚੂਨਾ ਲਾਉਣ ਵਾਲੇ ਨਿਰਮਲ ਸਿੰਘ ਭੰਗੂ ਦੀ ਮੌਤ ਹੋ ਗਈ ਆ। ਜਾਣਕਾਰੀ ਦੇ ਮੁਤਾਬਿਕ ਦਿੱਲੀ ਦੀ ਜੇਲ੍ਹ ਦੇ ਵਿੱਚ ਤਬੀਅਤ ਖਰਾਬ ਹੋਣ ਤੋਂ ਬਾਅਦ ਭੰਗੂ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। PGF ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਨਿਰਮਲ ਸਿੰਘ ਭੰਗੂ ਨੂੰ PGF PACL ਲਿਮਟਿਡ ਦੇ ਵੱਲੋਂ ਸੰਚਾਲਿਤ ਚਿੱਟ ਫੰਡ ਘੁਟਾਲੇ ਦੇ ਵਿੱਚ 8 ਜਨਵਰੀ 2016 ਨੂੰ CBI ਨੇ ਗ੍ਰਿਫਤਾਰ ਕੀਤਾ ਸੀ ਤੇ ਉਹ ਹਲੇ ਜੇਲ੍ਹ ਦੇ ਵਿੱਚ ਹੀ ਸੀ। ਪਲਸ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਰਹਿਣ ਵਾਲਾ ਸੀ ਤੇ ਉਹ ਸ਼ੁਰੂ ਦੇ ਵਿੱਚ ਸਾਈਕਲ ਦੇ ਰਾਹੀਂ ਦੁੱਧ ਵੇਚਦਾ ਸੀ। ਇਸ ਤੋਂ ਬਾਅਦ ਨੌਕਰੀ ਦੀ ਤਲਾਸ਼ ਦੇ ਵਿੱਚ ਉਹ 70 ਦੇ ਦਹਾਕੇ ਦੇ ਵਿੱਚ ਕੋਲਕਾਤਾ ਚਲਾ ਗਿਆ। ਉੱਥੇ ਉਸਨੇ ਇੱਕ ਇਨਵੈਸਟਮੈਂਟ ਕੰਪਨੀ PIAL ਦੇ ਵਿੱਚ ਕੁਝ ਸਾਲ ਕੰਮ ਕੀਤਾ। ਉਸ ਤੋਂ ਬਾਅਦ ਇਨਵੈਸਟਰ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੀ ਹਰਿਆਣਾ ਦੀ ਕੰਪਨੀ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਦੇ ਵਿੱਚ ਕੰਮ ਕਰਨ ਲੱਗਿਆ। ਉਸਨੇ 1980 ਦੇ ਵਿੱਚ ਪਲਸ ਗੋਲਡਨ ਫੋਰੈਸਟ ਨਾਂ ਦੀ ਕੰਪਨੀ ਬਣਾਈ ਜਿਹੜੀ ਲੋਕਾਂ ਤੋਂ ਸਾਗੌਨ ਵਰਗੇ ਦਰੱਖਤਾਂ ਦੇ ਪਲਾਂਟੇਸ਼ਨ ਅਤੇ ਇਨਵੈਸਟਮੈਂਟ ਕਰਕੇ ਚੰਗਾ ਮੁਨਾਫਾ ਦੇਣ ਦਾ ਵਾਅਦਾ ਕਰਦੀ ਸੀ। 1996 ਤੱਕ ਇਸ ਤੋਂ ਕਰੋੜਾਂ ਰੁਪਏ ਜੁਟਾ ਲਏ ਸਨ ਪਰ ਇਨਕਮ ਟੈਕਸ ਅਤੇ ਦੂਜੀਆਂ ਜਾਂਚਾਂ ਦੇ ਕਾਰਨ ਉਸ ਨੂੰ ਇਸ ਕੰਪਨੀ ਨੂੰ ਬੰਦ ਕਰਨਾ ਪਿਆ।